ਅਗਲਾ ਡਰਾਅ ਕੀ ਹੋਵੇਗਾ? ਇਹ 75 ਤੱਕ ਹੋ ਸਕਦਾ ਹੈ। ਤੁਹਾਡੇ ਕੋਲ NOC B ਨਾਲ ਕੰਮ ਦਾ ਤਜਰਬਾ ਨਹੀਂ ਹੈ ਅਤੇ ਤੁਸੀਂ ਐਕਸਪ੍ਰੈਸ ਐਂਟਰੀ ਦਰਜ ਕਰਨ ਦੇ ਯੋਗ ਨਹੀਂ ਹੋ। ਅਸੀਂ ਪ੍ਰੋਫਾਈਲ ਬਣਾਉਣ ਲਈ ਤੁਹਾਡੀ ਮਦਦ ਕਰ ਸਕਦੇ ਹਾਂ, ਜਿਵੇਂ ਕਿ ਤੁਸੀਂ ਸਾਰੇ ਕੈਨੇਡੀਅਨ ਤਜਰਬੇ ਦੀ ਕਲਾਸ ਲਈ 75 ਡਰਾਅ ਦੇ ਸੱਦੇ ਦੇ ਨਵੇਂ ਦੌਰ ਬਾਰੇ ਜਾਣਦੇ ਹੋ। ਸਭ ਤੋਂ ਵਧੀਆ ਹਿੱਸਾ ਐਪਲੀਕੈਂਟਸ ਹਨ, ਜੋ ਕਿ 1 ਸਾਲ ਦਾ ਡਿਪਲੋਮਾ ਕੈਨੇਡਾ ਵਿੱਚ ਹੈ ਅਤੇ ਸਭ ਤੋਂ ਘੱਟ ਅੰਕ IELTS ਵਿੱਚ ਹੈ ਅਤੇ ਸਿਰਫ 1 ਸਾਲ ਦਾ ਤਜਰਬਾ ਸੱਦਾ ਪ੍ਰਾਪਤ ਕਰਦਾ ਹੈ। ਅਗਲੀ ਡਰਾਅ ਜਲਦੀ ਲਾਗੂ ਹੋਣ ਤੋਂ ਨਾ ਖੁੰਝੋ। ਅਸੀਂ ਸੁਝਾਅ ਦੇਵਾਂਗੇ ਕਿ ਤੁਸੀਂ ਆਪਣੇ ਤਜਰਬੇ ਅਤੇ IELTS ਲਈ ਪੁਆਇੰਟ ਦਾ ਕਿਵੇਂ ਦਾਅਵਾ ਕਰ ਸਕਦੇ ਹੋ। ਇਹ ਡਰਾਅ ਹੋਰ ਹੋਣਗੇ, ਇਸ ਲਈ ਜਲਦੀ ਸਾਨੂੰ ਕੰਟੈਕਟ ਕਰੋ ਤਾਂ ਕਿ ਅਸੀਂ ਤੁਹਾਨੂੰ ਤੁਹਾਡੀ PR ਤੁਹਾਡੇ ਹੱਥਾਂ ਵਿੱਚ ਅਪਰੂਵ ਕਰਵਾ ਕੇ ਦਿਲਵਾ ਸਕੀਏ। ਕੈਨੇਡਾ ਇਮੀਗ੍ਰੇਸ਼ਨ ਮੇਘਨਾ ਟਿੰਗਰਾ ਨੂੰ ਜਲਦੀ ਕੰਟੈਕਟ ਕਰੋ।